TNW ਚੈਨਲ ਲੁਧਿਆਣਾ ਸਿਟੀ ਲਾਈਵ ਤੇ ਬਿਜ਼ਨਸ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਸਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ 200 ਮੈਡਮ ਮਿਸ ਖਾਨ ਜੀ ਤੇ ਗੌਰਵ ਸਰਾਏ ਸੀਗੇ ਤੇ ਇਹਨਾਂ ਨੂੰ ਅਸੀਂ ਆਪਣਾ ਉਧਰ ਦੁਗਰੀ ਵੱਲ ਆਪਣਾ ਫਲਾਵਰ ਐਂਕਲੇਵ ਜੰਤਾ ਐਂਕਲੇਵ ਆਪਣਾ ਸਤਯੋਤ ਨਗਰ ਉਧਰ ਜਿੰਨਾ ਵੀ ਹੈਗਾ ਏਰੀਆ ਇਹ ਇਹਨਾਂ ਨੂੰ ਦਿੱਤਾ ਹੈਗਾ ਇਹ ਜਲਦੀ ਇਹਨਾਂ ਦਾ ਦੁਗਰੀ ਵਿੱਚ ਦਫ਼ਤਰ ਖੋਲਣ ਜਾਣ ਜਾ ਰਹੇ ਆ ਅਸੀਂ ਜਿੱਥੇ ਕਿ ਗੌਰਵ ਸਾਰੇ ਇੰਚਾਰਜ ਹੋਣਗੇ ਮੈਡਮ ਮਿਸ ਖਾਨ ਜੀ ਐਂਕਰ ਹੋਣਗੇ ਤੇ ਜਲਦੀ ਤੁਹਾਨੂੰ ਅਸੀਂ ਖੁਸ਼ਖਬਰੀ ਦੇਵਾਂਗੇ ਇਹ ਜਲਦ ਤੋਂ ਜਲਦੀ ਇਹ ਦਫ਼ਤਰ ਖੁੱਲਣ ਲੱਗਿਆ ਪਹਿਲਾਂ ਵੀ ਇਹਨਾਂ ਨੇ ਬੜੀ ਹੈਲਪ ਕੀਤੀ ਸੀ ਪਹਿਲਾਂ ਵੀ ਤੁਸੀਂ ਐਂਕਰਿੰਗ ਕਰਦੇ ਦੇਖਿਆ ਹੋਣਾ ਮੈਡਮ ਨੂੰ ਗੌਰਵ ਸਰ ਵੈਸੇ ਵੀ ਬਹੁਤ ਹੈਲਪ ਕਰਦੇ ਸੀ ਮੈਡਮ ਸਾਡੇ ਮੁਸਕਾਨ ਐਂਕਰਿੰਗ ਕਰਦੇ ਹੁੰਦੇ ਸੀ ਗੌਰਵ ਸਰ ਸਾਡੇ ਵੀਡੀਓ ਵਗੈਰਾ ਕਲਿੱਪਿੰਗ ਕਰਦੇ ਹੁੰਦੇ ਸੀਗੇ ਤੇ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਆਪਣਾ ਫੋਨ ਨੰਬਰ ਜ਼ਰੂਰ ਦੇ ਦੇਣ ਤਾਂ ਕਿ ਤੁਹਾਨੂੰ ਕੋਈ ਇਧਰ ਦੀ ਸਾਈਟ ਕਿਸੇ ਨੇ ਕਵਰਿੰਗ ਕਰਾਉਣੀ ਹੈ ਜਾਂ ਐਡਵਰਟਾਈਜ਼ਮੈਂਟ ਦੇਣੀ ਹੈ ਤਾਂ ਉਹ ਜਰੂਰ ਤੁਹਾਨੂੰ ਕੰਟੈਕਟ ਕਰਨ ਸਭ ਤੋਂ ਪਹਿਲਾਂ ਮਿਸ ਕਾਨ ਮੈਡਮ ਜੀ ਥੈਂਕ ਯੂ ਪ੍ਰਦੀਪ ਜੀ CNW ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹਨਾਂ ਨਾਲ ਕਾਫੀ ਟਾਈਮ ਤੋਂ ਜੁੜੀ ਹੋਈ ਹਾਂ ਬਈ ਅੱਛਾ ਕੰਮ ਕਰ ਰਹੇ ਨੇ ਲੇਡੀਜ਼ ਚਾਹੇ ਕਿਸੇ ਵੀ ਡਿਸਪਿਊਟ ਨੂੰ ਲੈ ਕੇ ਕੋਈ ਨਿਊਜ਼ ਹੁੰਦੀ ਆ ਉਹਦੇ ਵਿੱਚ ਪੂਰੀ ਰਿਐਲਿਟੀ ਦੇ ਨਾਲ ਆਪਣੀ ਨਿਊਜ਼ ਨੂੰ ਪੇਸ਼ ਕਰਦੇ ਆ ਕੋਈ ਐਦਾਂ ਨਹੀਂ ਕਿ ਹਾਂ ਵੀ মিডিਆ ਵਿਕਿਆ ਹੋਇਆ ਬਹੁਤ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ মিডিਆ ਵਿਕਿਆ ਹੋਇਆ ਜੀ ਪੈਸੇ ਲਾ ਕੇ ਖਬਰਾਂ ਲਾਂਦਾ ਜਾਂ ਐਦਾਂ ਦਾ ਮੈਂ ਇਹਨਾਂ ਦੇ ਨਾਲ ਕੁਝ ਵੀ ਨਹੀਂ ਦੇਖਿਆ ਇਸ ਕਰਕੇ ਮੈਂ ਇਹਨਾਂ ਦੇ ਨਾਲ ਲੌਂਗ ਟਾਈਮ ਤੋਂ ਆ ਤੇ ਹੁਣ ਅੱਗੇ ਵੀ ਇਹਨਾਂ ਨੇ ਸਾਨੂੰ ਦੋਨਾਂ ਨੂੰ ਮੈਨੂੰ ਤੇ ਮੇਰੇ ਹਸਬੰਡ ਮਿਸਟਰ ਗੌਰਵ ਪਰਮਨ ਨੂੰ ਇਹ ਐਡੀ ਵੱਡੀ ਅੱਜ ਓਪਰਚ्युनिटी ਦਿੱਤੀ ਆ ਕਿ ਅਸੀਂ ਇੱਕ ਆਫਿਸ ਲਈਏ ਉਹਨੂੰ ਚਲਾਈਏ ਇਹਨਾਂ ਦੇ ਨਾਲ ਵਰਕ ਕਰੀ ਉਹਦੇ ਲਈ ਮੈਂ ਦਿਲੋਂ ਥੈਂਕ ਯੂ ਬੋਲਦੀ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜੋ ਰਿਸਪੌਂਸਿਬਿਲਟੀ ਇਹਨਾਂ ਨੇ ਸਾਨੂੰ ਦਿੱਤੀ ਆ ਅਸੀਂ ਉਹਨੂੰ ਪਿਆਰ ਨਾਲ ਨਿਭਾਈਏ ਥੈਂਕ ਯੂ ਹਾਂਜੀ ਗੌਰਵ ਸਰ ਨੰਬਰ ਜਰੂਰ ਦੇ ਦਿਓ ਤਾਂ ਕਿ ਹਾਂਜੀ ਨਮਸਕਾਰ ਜੀ ਥੈਂਕ ਯੂ ਸਰ ਬਲੀਸ ਸਰ ਮੇਰਾ ਨੰਬਰ ਹੈਗਾ 9855857195 ਦੋ ਸ਼ਬਦ ਵੀ ਜਰੂਰ ਗੌਰਵ ਜੀ ਤੇ ਮੈਡਮ ਜੋ ਪਹਿਲਾਂ ਤੋਂ ਹੀ ਸਾਡੇ ਚੈਨਲ ਦੇ ਨਾਲ ਬਹੁਤ ਵੱਧ ਚੜ ਕੇ ਚੱਲ ਰਹੇ ਨੇ ਤੇ ਸਮਾਜਿਕ ਸੇਵਾ ਕਰ ਰਹੇ ਨੇ ਹੁਣ ਪ੍ਰਦੀਪ ਜੀ ਨੇ ਇਹਨਾਂ ਨੂੰ ਏਰੀਆ ਦੁਗਰੀ ਤੇ ਹੋਰ ਜਿਹੜਾ ਲਵੇ ਲਾਉਣੇ ਦਾ ਹੈਗਾ ਉਥੇ ਦਫ਼ਤਰ ਖੋਲ੍ਹ ਕੇ ਪੱਕੇ ਤੌਰ ਤੇ ਸੇਵਾ ਦਾ ਮੌਕਾ ਦਿੱਤਾ ਹੈ ਜਿਹੜਾ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ ਅੱਗੋਂ ਅਸੀਂ ਜੋ ਵੀ ਸਮਾਜ ਦੀਆਂ ਦਿੱਕਤਾਂ ਨੇ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦੇ ਲਈ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਗੇ ਜੈ ਹੰਸ